नमस्कार, आज 17 मार्च है और हम सब साथियों ने अपनी वीडियो के माध्यम से पहले भी बताया था कि हम यहाँ फंस चुके हैं और कल रात को हमें बिल्कुल फ्रंट लाइन के पास में डाल दिया है और अब हमें अपनी भारत सरकार और इंडियन एम्बेसी को बताना चाहते हैं कि हमें जल्द से जल्द यहाँ से निकाल लिया जाए और ना ही हमारे पास कोई इंडियन एम्बेसी या भारत सरकार की तरफ से कोई कॉल या मैसेज आया है। और यहाँ जो हमारे साथ पहले साथी थे उनको, तीन साथियों को हमारे पहले गोली लग चुकी है जो हमारे साथ पहले पिछले कैंप में थे और अब यहाँ पर हमारा बचना मुश्किल है। भारत सरकार से हम यही विनती करते हैं कि हमें जल्द से जल्द यहाँ से निकाल लिया जाए। बच्चे ने पीटी की थी, सीए बैंड लाए ने, साड़ी को किस्मत माड़ी ला लो, उस तो नलायक बच्चे भी जड़े ने ना, उन्होंने फाइल सीए बैंड से ला गई ऑस्ट्रेलिया को कनेडा, पर यदि फाइल का कोई जवाब नहीं सी आता। फिर इन्हें सोचा, इन्हू किसी ने सलाह दी भी तुसी अपने जोड़ा पासपोर्ट है किसी होर देश से जाके ना वो मोहर लवा के थोड़ा पासपोर्ट स्ट्रोंग हो जाए। इस करके टूरिस्ट वीजे ते गया सी पासपोर्ट स्ट्रोंग करने वास्ते, ते फिर इन्हें किसी और देश से जाना सी, कोई विचार इन्हें बनानी सी आन के, पर ये टूरिस्ट दे वीजे दे उत्ते ही उत्ते फस फस गया। एहो जिहा उन्होंने काम किया, जे कुछ दिन वीजा रहिंदा सी जदों उन्होंने फट लिया, चाहीदा ते इह सी जो हुंदा जे फड़िया ते उन्होंने वापस रिपोर्ट करके वापस भेज देंदे, पर लेकिन उन्होंने उधर दे किसी ट्रांसलेशन नाल गल करवा के, ये भाषा नहीं सी समझदे उन्हां दी, ਕਿਸੇ ਟਰਾਂਸਲੇਸ਼ਨ ਨਾਲ ਗੱਲ ਕਰਵਾਈ। ਟਰਾਂਸਲੇਸ਼ਨ ਨੇ ਕਿਹਾ ਵੀ ਇਹ ਤੁਹਾਨੂੰ ਇਹ ਕਹਿੰਦੇ ਪਏ ਨੇ ਵੀ ਜਾਂ ਤਾਂ 1 ਸਾਲ ਵਾਸਤੇ ਆਰਮੀ ਜੁਆਇਨ ਕਰ ਲਓ ਜਾਂ ਫਿਰ ਤੁਹਾਨੂੰ 10 ਸਾਲ ਦੀ ਕੈਦ ਹੋ ਜਾਏਗੀ। ਇਹ ਬੱਚੇ ਸਾਡੇ ਕੈਦ ਤੋਂ ਡਰ ਗਏ ਕਿ 10 ਸਾਲ ਕੈਦ ਕਿਸ ਤਰ੍ਹਾਂ ਕੱਟਾਂਗੇ। ਫਿਰ ਫੋਮ ਜਿਹੜਾ ਸੀ ਫਾਰਮ ਉਹਨਾਂ ਦੀ ਭਾਸ਼ਾ ਵਿੱਚ ਇਹਨੇ ਪੜ੍ਹਿਆ ਨਹੀਂ ਸੀ, ਇਹਨਾਂ ਨੂੰ ਜਾਂਦਾ ਵੀ ਕੀ ਲਿਖਿਆ, ਇਹਨਾਂ ਕੋਲੋਂ ਸਾਈਨ ਕਰਵਾ ਲਏ ਫਟਾਫਟ ਹੀ ਵੀ ਤੁਹਾਨੂੰ ਹੈਲਪਰ ਦੀ ਜੋਬ ਦਿੱਤੀ ਜਾਵੇਗੀ। ਬੱਚਿਆਂ ਨੇ ਪੁੱਛਿਆ ਸਾਨੂੰ ਕਿਤੇ ਅੱਗੇ ਤਾਂ ਨਹੀਂ ਭੇਜੋਗੇ, ਕਹਿੰਦੇ ਨਹੀਂ ਬਿਲਕੁਲ ਅੱਗੇ ਨਹੀਂ ਭੇਜਾਂਗੇ, ਤੁਹਾਨੂੰ ਹੈਲਪਰ ਦੀ ਜੋਬ ਦਿੱਤੀ ਜਾਏਗੀ ਜਾਂ ਕੋਈ ਹੋਰ ਸਿਕਿਉਰਟੀ ਹੈਡਕੁਆਟਰ ਜਾਂ ਕਿਤੇ ਤੁਹਾਨੂੰ ਦਿਆਂਗੇ। ਪਰ ਉਹਨਾਂ ਨੂੰ ਉੱਥੋਂ ਫਿਰ ਸਿੱਧਾ ਹੀ ਚੱਕ ਕੇ ਕੈਂਪ 'ਚ ਲੈ ਗਏ, ਕੈਂਪ ਵਿੱਚ ਜਾ ਕੇ 11 ਦਿਨ ਦੀ ਟ੍ਰੇਨਿੰਗ ਦੇ ਕੇ ਸਿੱਧਾ ਯੂਕਰੇਨ ਲੈ ਗਏ ਨੇ ਜਿੱਥੇ ਕਬਜ਼ੇ ਕੀਤੇ ਹੋਏ ਨੇ, ਜਿੱਥੇ JCP ਮੋਰਚੇ ਪੁੱਟਦੀ ਹੈ ਅਤੇ ਇਹਨਾਂ ਕੋਲ ਸਫਾਈ ਕਰਾਉਂਦੇ ਨੇ। ਉੱਥੋਂ ਫਿਰ ਫਿਰ ਉੱਥੇ ਵੀ ਨਹੀਂ ਟਿਕਣ ਦਿੱਤਾ, ਉੱਥੋਂ ਫਿਰ ਉਹਨਾਂ ਨੇ ਫਰੰਟ ਲੈਣ 'ਤੇ ਭੇਜ ਦਿੱਤਾ। ਉਹਨਾਂ ਨੇ 6-7 ਦਿਨ 5-6 ਦਿਨ ਉੱਥੇ ਤਕਰੀਬਨ ਹਫ਼ਤਾ ਹੀ ਰੱਖਿਆ, ਰੈਂਟ ਲੈਣ 'ਤੇ ਲੈ ਗਏ ਸਨ, ਜਿੱਥੋਂ ਕਿ ਉਹ ਕਹਿ ਰਹੇ ਸਨ ਕਿ ਬੰਕਰ ਦੇ ਵਿੱਚ ਰੱਖਿਆ ਸੀ। ਬੰਕਰ ਦੇ ਵਿੱਚ ਹੀ ਸਾਨੂੰ 5-6 ਦਿਨ ਟੇਢੇ ਹੋ ਕੇ ਸੌਣਾ ਅਤੇ ਕੀ ਕਹਿੰਦੇ ਇਸੇ ਤਰ੍ਹਾਂ ਨੀਂਦਰੇ ਰਹੇ, ਰਾਈਫਲਾਂ ਫੜਾ ਦਿੱਤੀਆਂ ਹੱਥਾਂ ਵਿੱਚ, ਬੰਬ ਫੜਾ ਦਿੱਤੇ। ਅਤੇ ਫਿਰ ਜਿਹੜਾ ਉਹਨਾਂ ਦਾ ਖਾਣਾ ਸੀ, ਪਤਾ ਨਹੀਂ ਉਹ ਗਾਈਂ ਦਾ ਮਾਸ ਖਾਂਦੇ ਨੇ, ਕਾਹਦਾ ਖਾਂਦੇ ਨੇ, ਕਹਿੰਦੇ ਨੇ ਸਾਨੂੰ ਉਹ ਖਾਣਾ ਵੀ ਨਹੀਂ ਸੀ ਖਾਧਾ ਜਾਂਦਾ ਸਾਡੇ ਕੋਲੋਂ, ਅਸੀਂ ਬਹੁਤ ਤੰਗ ਸਾਂ। ਅਤੇ ਇਸ ਕਰਕੇ ਸਰ ਫਿਰ ਕੋਈ ਡਾਕਟਰ ਆਇਆ, ਉਸਨੇ ਪੁੱਛਿਆ ਕਿ ਤੁਸੀਂ ਖਾਣਾ ਖਾਧਾ, ਕਹਿੰਦੇ ਅਸੀਂ ਸਿੱਧਾ ਕਿਹਾ ਵੀ ਅਸੀਂ 3 ਦਿਨ ਤੋਂ ਭੁੱਖੇ ਹਾਂ, ਬਿਲਕੁਲ ਕੁਛ ਨਹੀਂ ਖਾਧਾ। ਫਿਰ ਉਸ ਆਫਿਸਰ ਨੇ ਕੁਛ ਨਾ ਕੁਛ ਇਹਨਾਂ ਨੂੰ ਕੁਛ ਖਾਣ ਨੂੰ ਹੋਰ ਕੁਛ ਦਿੱਤਾ, ਅਤੇ ਫਿਰ ਪਤਾ ਨਹੀਂ ਕਿਸੇ ਤਰ੍ਹਾਂ ਗੱਲ ਉਹਨਾਂ ਦੀ ਉੱਪਰ ਵੱਡੇ ਆਫਿਸਰ ਦੇ ਨਾਲ ਪਹੁੰਚਾਈ। ਅਤੇ ਫਿਰ ਉਹਨਾਂ ਨੂੰ 1 ਹਫ਼ਤੇ ਬਾਅਦ ਐਤਵਾਰ ਵਾਲੇ ਦਿਨ ਫਿਰ ਜਿੱਥੋਂ ਅੱਗੇ ਖੜਿਆ ਸੀ ਫਰੰਟ ਲਾਈਨ 'ਤੇ ਉੱਥੇ ਫਿਰ ਲਿਆਂਦਾ। ਯੂਕਰੇਨ ਦੇ ਵਿੱਚ ਵੀ ਪਹਿਲਾਂ ਤਾਂ ਕਬਜ਼ਿਆਂ ਵਾਲੀ ਜਗ੍ਹਾ 'ਤੇ ਸੀ, ਹੁਣ ਉਹਨਾਂ ਨੂੰ ਫਰੰਟ ਲਾਈਨ 'ਤੇ ਭੇਜਦੇ ਨੇ, ਕਿਉਂਕਿ 10 ਦਿਨ ਦੀ ਟ੍ਰੇਨਿੰਗ ਦਿੱਤੀ ਹੈ ਉਹਦੇ ਵਿੱਚ। ਤੁਹਾਨੂੰ ਪਤਾ ਜਦੋਂ ਬੰਦਾ ਫੌਜ 'ਚ ਭਰਤੀ ਹੁੰਦਾ 9 ਮਹੀਨੇ ਟ੍ਰੇਨਿੰਗ ਹੁੰਦੀ ਹੈ, ਇਹਨਾਂ ਨੂੰ 10 ਦਿਨ ਦੀ ਟ੍ਰੇਨਿੰਗ ਲੈ ਦੇ ਕੇ ਅੱਗੇ ਭੇਜ ਦੇਣਾ। ਫਿਰ ਇਹਨਾਂ ਨੂੰ ਬੰਬ ਵਗੈਰਾ ਕੀ ਪਤਾ ਕਿਸ ਤਰ੍ਹਾਂ ਚਲਾਉਣੇ ਨੇ। ਜਦੋਂ ਬੱਚਿਆਂ ਦੀ ਵੀਡੀਓ ਆਈ ਹੈ ਨਾ, ਜਿਹੜਾ ਕੋਈ ਚੰਗਿਆਈ ਉਹ ਮੈਂ ਦੱਸਾਂਗਾ, ਕਿਉਂਕਿ ਜਦੋਂ ਵੀਡੀਓ ਆਈ ਹੈ ਸਾਡੇ ਘਰ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਭਗਵੰਤ ਮਾਨ ਨੇ ਧਾਲੀਵਾਲ ਸਾਹਿਬ ਨੂੰ ਭੇਜਿਆ, ਕਿਸੇ ਸਿਫਾਰਿਸ਼ 'ਤੇ ਨਹੀਂ ਭੇਜਿਆ, ਉਹਨਾਂ ਨੇ ਡਾਇਰੈਕਟ ਸਾਡੇ ਘਰ ਭੇਜਿਆ। DC ਸਾਹਿਬ ਆਏ ਔਰ ਪੁਲਿਸ ਦੇ ਅਫਸਰ ਸਾਰੇ, SSP ਡਿਊਟੀ ਸਾਹਿਬ ਸਾਰੇ ਆਏ,
ਅਤੇ ਧਾਲੀਵਾਲ ਸਾਹਿਬ ਨੇ ਆਣ ਕੇ ਵਿਸ਼ਵਾਸ ਦਵਾਇਆ, ਕਿਉਂਕਿ ਅਸੀਂ ਬਹੁਤ ਡਿਪਰੈਸ਼ਨ 'ਚ ਸਾਂ, ਉਹਨਾਂ ਬਹੁਤ ਪਿਆਰ ਦਿੱਤਾ। ਉਹਨਾਂ ਕਿਹਾ ਕੋਈ ਗੱਲ ਨਹੀਂ, ਅਸੀਂ ਆਪਣੀ ਪੂਰੀ ਵਾਹ ਲਾ ਦਿਆਂਗੇ। ਅਤੇ ਉਹਨਾਂ ਨੇ ਆਪਣਾ ਜੋ ਸੈਂਟਰ ਸਰਕਾਰ ਨੂੰ ਭੇਜਣਾ ਸੀ ਲਿਖ ਕੇ, ਜੋ ਕੁਛ ਵੀ ਕਰਨਾ ਸੀ ਉਹਨਾਂ ਨੇ ਕਰ ਦਿੱਤਾ। ਕੁਰਾਲੇ ਨੇ ਵੀ ਬਿਆਨ ਦਿੱਤੇ ਸੀ ਵੀ ਕੋਈ ਬਾਤ ਨਹੀਂ, ਜਿਹੜੇ ਬੱਚੇ ਨੇ ਅਸੀਂ ਲਿਆ, ਆਪਣੇ ਬੱਚੇ ਨੇ ਆਪ ਲਿਆਵਾਂਗੇ। ਪਰ ਹੁਣ ਬਿਲਕੁਲ ਸੈਂਟਰ ਵੱਲੋਂ ਕੋਈ ਬਿਲਕੁਲ ਸਲੋ ਕੰਮ ਚੱਲ ਰਿਹਾ, ਕਿਉਂਕਿ ਇਲੈਕਸ਼ਨਾਂ ਵੀ ਚੱਲ ਰਹੀਆਂ ਨੇ, ਅਤੇ ਉਹਦੇ ਵਿੱਚ ਕੋਈ ਇਹੋ ਜਿਹੀ ਖੁੱਲ੍ਹ ਕੇ ਨਹੀਂ ਚੱਲ ਰਿਹਾ ਕੰਮ। ਕਿਉਂਕਿ ਜੇ ਚਾਹਵੇ ਮੋਦੀ ਸਾਹਿਬ, ਜੇ ਉਹ ਚਾਹਣ, ਤਾਂ ਹੁਣ ਹੁਣੇ ਹੁਣੇ ਇਲੈਕਸ਼ਨ ਹੋਈ ਆ ਰਸ਼ੀਆ ਦੀ, ਵਲਾਦੀਮੀਰ ਪੁਤਿਨ ਜਿਹੜਾ ਹੈ ਉਹ ਪ੍ਰਧਾਨ ਮੰਤਰੀ ਬਣਿਆ, ਅਤੇ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਵਧਾਈ ਵੀ ਦਿੱਤੀ ਆ ਉਹਨਾਂ ਨੂੰ। ਇਹਨਾਂ ਦੇ ਸੰਬੰਧ ਵੀ ਦੋਨਾਂ ਦੇਸ਼ਾਂ ਦੇ ਸਾਡੇ ਆਪਣੇ ਅਤੇ ਰਸ਼ੀਆ ਦੇ ਬਹੁਤ ਚੰਗੇ ਨੇ। ਜੇ ਮੋਦੀ ਜੀ ਚਾਹੁਣ, ਅਸੀਂ ਹੱਥ ਜੋੜ ਕੇ ਬੇਨਤੀ ਹਾਂ ਕਿ ਅਸੀਂ ਪੰਜਾਬ ਦੇ ਵਾਸੀ ਹਾਂ, ਪਰ ਹੈ ਤਾਂ ਅਸੀਂ ਇੰਡੀਅਨ ਹੀ ਹਾਂ, ਹਿੰਦੁਸਤਾਨੀ ਹਾਂ, ਭਾਰਤੀ ਹਾਂ। ਇਸ ਕਰਕੇ ਇਹ ਜਿਹੜੇ ਬੱਚੇ ਨੇ, ਤੁਹਾਡੇ ਬੱਚੇ ਨੇ, ਇਹਨਾਂ ਨੂੰ ਜਲਦੀ ਤੋਂ ਜਲਦੀ, ਜੇ ਤੁਸੀਂ ਚਾਹੋ ਤਾਂ ਕੁਛ ਵੀ ਕਰ ਸਕਦੇ ਹੋ, ਜਲਦੀ ਤੋਂ ਜਲਦੀ ਸਾਡੇ ਬੱਚੇ ਸਾਨੂੰ ਵਾਪਸ ਲਿਆਂਦੇ ਜਾਣ। ਸਾਨੂੰ ਕੋਈ ਉੱਧਰ ਦੀ ਤਨਖਾਹ ਦੀ ਲੋੜ ਨਹੀਂ, ਕੋਈ ਚੀਜ਼ ਦੀ ਲੋੜ ਨਹੀਂ ਵੀ ਸਾਨੂੰ ਰਸ਼ੀਆ ਦੀ ਤਨਖਾਹ ਮਿਲੇਗੀ। ਇਸ ਕਰਕੇ ਨਾਲ ਜਿਹੜੇ ਹੋਰ ਵੀ ਬੱਚੇ ਫਸੇ ਨੇ, ਉਹਨਾਂ ਵਾਸਤੇ ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਉਹਨਾਂ ਦੇ ਮਾਂ ਬਾਪ ਵੀ ਕਲਪ ਰਹੇ ਨੇ, ਉਹਨਾਂ ਨੂੰ ਵੀ ਸਾਰਿਆਂ ਨੂੰ ਵਾਪਸ ਲਿਆਂਦਾ ਜਾਵੇ ਜੀ।